बिस्मिल्लाहिर्रहमानिर रहीम जी, अस्सलाम वालेकुम जी। मैं जरा इमरान ते की हाल चाल है तुहाडा? ठीक ठाक हो? उम्मीद है कि सब ठीक ठाक होवोगे, खैरियत नाल होवोगे जी। अल्लाह पाक तुहानू जिथे जिथे खुश रहो, आबाद रहो। अल्लाह पाक तुहानू तमाम परेशानियां मुसीबतां दूर करे जी। अच्छा नाजरीन, अज असीं जिहड़ा है ना, तुसीं देख रहे होवोगे कि पहली पिछों मेरे भी वाही हुई है, पिछे मेरे ट्रैक्टर भी खड़े आया है। तो यह जिहड़ा है ना, एक तकरीबन एक बीघा जगह है जिथे मैं खड़ी हुई हाँ। ये अंदर असीं सुपर फैन मुंजी लगाई हुई सी पहले, ते तुहानूं पता अजकल उही ज़्यादा जिहड़ी है ना, उहदी कटाई शुरू हुई है सुपर फैन दी। उस तो बाद जिहड़ी है ना, फिर अगों मतलब दूसरियां दी कटाई शुरू हो जाणी है। ते इहदे च असीं लगाउण लगे हां जानवरां वास्ते मकई। ए मकई जिहड़ी है जानवरां नूं असीं तकरीबन जदों तक कणक नहीं लगानी उदों तक इत्थों मकई जिहड़ी असीं डंगरां नूं पा लांगे। उस तो बाद जिहड़ा ना असीं जिहड़ी है ना ए मकई, इह तों बाद असीं कणक लगा के जिहड़े ना, फिर उस तों बाद कणक लग जाणी है जदों कणक दा मौसम आना, लगाउण दा बिजाई दा मतलब मौसम आ जाणा। ਤੇ ਉਸ ਤੋਂ ਪਹਿਲਾਂ ਅਸੀਂ ਸੋਚਿਆ ਕਿ ਇਹਦੇ 'ਚ ਅਸੀਂ ਜਿਹੜਾ ਨਾ ਮਕਈ ਕਾਸ਼ਤ ਕਰ ਲਈਏ। ਅਤੇ ਹੁਣ ਮੈਂ ਤੁਹਾਨੂੰ ਦਿਖਾਵਾਂਗੀ ਕਿ ਅਸੀਂ ਇਹ ਹੁਣ ਇਹਦਾ ਬੀਜ ਜਿਹੜਾ ਨਾ ਖਿਲਾਰਨ ਲੱਗੇ ਸੀ। ਮੈਂ ਕਿਹਾ ਕਿਉਂ ਨਾ ਮੈਂ ਆਪਣੇ ਦੇਖਣ ਵਾਲਿਆਂ ਨੂੰ ਵੀ ਨਾਲ ਨਾਲ ਦਿਖਾਉਂਦੀ ਚਲਾਂ। ਅੱਛਾ ਕੁਛ ਜਿਹੜਾ ਮੈਂ ਪਹਿਲੇ ਖਿਲਾਰ ਚੁੱਕੀ ਹਾਂ ਇਹਦੇ 'ਚ ਪਹਿਲੀ 'ਚ। ਇਸ ਤੋਂ ਬਾਅਦ ਫਿਰ ਅਸੀਂ ਜਿਹੜਾ ਨਾ ਹੱਲਾ ਦੇ ਨਾਲ ਇੱਕ ਦਫ਼ਾ ਫਿਰ ਇਹਦੇ 'ਤੇ ਅਸੀਂ ਦੋ ਲਗਾਵਾਂਗੇ ਤਾਂ ਕਿ ਜਿੱਥੇ ਜਿੱਥੇ ਬੀ ਥੋੜ੍ਹਾ ਕੰਮ ਵੀ ਹੋਏਗਾ ਅੱਛੀ ਤਰ੍ਹਾਂ ਜਿਹੜਾ ਨਾ ਖਿਲਰ ਜਾਏਗਾ। ਸ਼ਾਮ ਦਾ ਟਾਈਮ ਹੈ, ਬੜਾ ਪਿਆਰਾ ਮੌਸਮ ਹੈ ਅਤੇ ਹੁਣ ਜਿਹੜਾ ਪਸੀਨੇ ਵਾਲਾ ਮੌਸਮ ਵੀ ਥੋੜ੍ਹਾ ਘੱਟ ਹੋ ਗਿਆ, ਗਰਮੀ ਜਿਹੜੀ ਹੈ ਨਾ ਅੱਗੇ ਨਾਲ ਘੱਟ ਹੋ ਗਈ ਹੈ। ਇਹ ਠੰਡਾ ਟਾਈਮ ਹੁੰਦਾ ਜਿਹੜਾ ਅਸੀਂ ਇੱਕ ਬਿਜਾਈ ਵਗੈਰਾ ਦਾ ਕੰਮ ਕਰਨਾ ਹੋਵੇ ਨਾ, ਇਸ ਟਾਈਮ 'ਚ ਅਸੀਂ ਕਰੀਦਾ। ਅਕਸਰ ਲੋਕ ਇਸ਼ੂ ਕਰਦੇ ਨੇ ਕਿ ਨਵੇਂ ਕੱਪੜੇ ਪਾ ਕੇ ਤੁਸੀਂ ਜਿਹੜੇ ਨਾ ਵੀਡੀਓ ਲੋਡ ਸ਼ੂਟ ਕਰਦੇ ਆ, ਕਿਹੜਾ ਮਤਲਬ ਤੁਹਾਡਾ ਤਰੀਕਾ ਹੈ ਜੀ, ਨਵੇਂ ਕੱਪੜੇ ਪਾ ਕੇ ਤੁਸੀਂ ਸਾਰਾ ਡਰਾਮੇ ਕਰਦੇ ਜੀ। ਦੇਖੋ ਕੰਮ ਜਿਹੜਾ ਮੈਨੂੰ ਸਾਰਾ ਕਰਨਾ ਆਉਂਦਾ, ਮੈਂ ਕਰਨੀ ਵੀ ਆ, ਮੇਰੀ ਕੋਈ ਮਜਬੂਰੀ ਨਹੀਂ ਹੈ ਕੰਮ ਕਰਨਾ ਜਾਂ ਨਹੀਂ ਨਹੀਂ ਲੇਕਿਨ ਮੈਂ ਸਿਰਫ ਔਰ ਸਿਰਫ ਆਪਣੇ ਸ਼ੌਕ ਤੋਂ ਕਰਨੀ ਆ, ਆਪਣੇ ਪੰਜਾਬੀ ਕਲਚਰ ਨੂੰ ਜਿਹੜਾ ਨਾ ਪ੍ਰਮੋਟ ਕਰਨੀ ਪਈ ਹਾਂ। ਮੇਰਾ ਦਿਲ ਸੀ ਕਿ ਮੈਂ ਇਸ ਕਲਚਰ ਨੂੰ ਆਪਣੇ ਨੂੰ ਪ੍ਰਮੋਟ ਕਰਨ ਨਾਲ, ਕਿਉਂਕਿ ਅਸੀਂ ਪੰਜਾਬ ਦੇ ਰਹਿਣ ਵਾਲੇ ਹਾਂ ਅਤੇ ਸਾਡਾ ਹੱਕ ਬਣਦਾ ਅਸੀਂ ਇਹਨੂੰ ਜਿਹੜਾ ਨਾ ਪ੍ਰਮੋਟ ਕਰੀਏ। ਅਤੇ ਸਾਡੇ ਵੱਡੇ ਵਡੇਰੇ ਜਿਹੜੇ ਸਨ ਇਸ ਪੰਜਾਬ ਦੇ ਰਹਿਣ ਵਾਲੇ, ਮਤਲਬ ਉਹ ਇਹਨੂੰ ਜਿਹੜਾ ਨਾ ਪ੍ਰਮੋਟ ਕਰਦੇ ਆਏ ਨੇ ਅਤੇ ਹੱਕ ਬਣਦਾ ਸੀ। ਇਸ ਵਜ੍ਹਾ ਤੋਂ ਮੈਂ ਕਦੀ ਕੱਪੜਿਆਂ ਨੂੰ ਨਹੀਂ ਮੈਂ ਵੇਖਿਆ ਕਿ ਮੇਰੇ ਕੱਪੜੇ ਸਾਫ਼ ਨੇ ਜਾਂ ਗੰਦੇ ਨੇ, ਮੈਂ ਕਿਹੜੇ ਕੱਪੜਿਆਂ 'ਚ ਵੀਡੀਓ ਬਣਾਉਣੀ ਨਹੀਂ। ਅਗਰ ਮੈਂ ਕੋਈ ਸਾਫ਼ ਕੱਪੜੇ ਪਹਿਨੇ ਹੁੰਦੇ ਤਾਂ ਮੈਂ ਉਹਨਾਂ 'ਚ ਆਪਣੀ ਵੀਡੀਓ ਸ਼ੂਟ ਕਰਨ ਲੱਗ ਜਾਂਦੀ ਹਾਂ, ਬਣਾਉਣ ਲੱਗ ਜਾਂਦੀ ਹਾਂ, ਮੈਨੂੰ ਕੋਈ ਇਤਰਾਜ਼ ਨਹੀਂ। ਮੈਂ ਆਪ ਧੋਨੇ ਨੇ, ਮੈਨੂੰ ਕੀ ਮਸਲਾ ਇਹਦੇ ਵਿੱਚ, ਮੈਂ ਪੁਰਾਣੇ ਕੱਪੜਿਆਂ 'ਚ ਵੀਡੀਓ ਬਣਾਵਾਂ ਜਾਂ ਨਿਆਂ 'ਚ ਬਣਾਵਾਂ। ਅਕਸਰ ਕਹਿ ਰਹੇ ਹੁੰਦੇ ਨੇ ਲੋਕ ਜੀ ਇਹ ਡਰਾਮਾ ਹੈ, ਇਹ ਫਲਾਂ ਡਰਾਮਾ। ਮੈਂ ਦੇਖੋ ਡਰਾਮਾ ਨਹੀਂ ਲੇਕਿਨ ਇੱਕ ਵੀਡੀਓ, ਬਾਕੀ ਜੇ ਲੋਕ ਇਸ ਚੀਜ਼ ਨੂੰ ਸਮਝ ਲੈਂਦੇ ਨੇ ਕਿ ਡਰਾਮਾ ਹੈ, ਲੇਕਿਨ ਅਸੀਂ ਜਿਹੜਾ ਜਿਹੜੇ ਮੈਂ ਕਲਚਰ 'ਤੇ ਕੰਮ ਕਰਨੀ ਹੈ ਉਹਦੇ 'ਤੇ ਮੈਂ ਵੀਡੀਓ ਬਣਾਉਣੀ ਬਣਾਉਣੀ ਹੈ ਨਾ। ਅੱਛਾ ਜੀ, ਨਾਲ ਨਾਲ ਇਹ ਵੀ ਕੰਮ ਕਰਦੇ ਜਾਵਾਂਗੇ, ਨਾਲ ਨਾਲ ਤੁਹਾਡੇ ਨਾਲ ਮਜ਼ੀਦ ਹੋਰ ਵੀ ਗੱਲਾਂ ਹੁੰਦੀਆਂ ਰਹਿਣਗੀਆਂ। ਵੀ ਜਿਹੜਾ ਨਾ ਥੋੜ੍ਹਾ ਜਿਹਾ ਹੀ ਰਹਿ ਗਿਆ। ਅਦਨਾਨ ਭਾਈ ਤੁਸੀਂ ਜ਼ਰਾ ਟਰੈਕਟਰ ਲਿਆਓ ਅਤੇ ਹੀਰਾ ਭਾਈ ਆਓ, ਤੁਸੀਂ ਹੁਣ ਥੋੜ੍ਹਾ ਜਿਹਾ ਜਿਹੜਾ ਨਾ ਵੀ ਰਹਿ ਗਿਆ ਅਤੇ ਥੋੜ੍ਹਾ ਜਿਹਾ ਖਿਲਾਰ ਲਓ ਜਿੰਨਾ ਕੁ ਰਹਿ ਗਿਆ, ਬਾਕੀ ਸਾਰਾ ਤਾਂ ਖਿਲਾਰਿਆ ਗਿਆ। ਹਲ ਥੋੜ੍ਹਾ ਜਿਹਾ ਰਹਿ ਗਿਆ ਜੇ ਖਿਲਾਰ ਲਓ, ਮੈਂ ਜ਼ਰਾ ਨਾਜ਼ਰੀਨ ਨਾਲ ਦੇਖਣ ਵਾਲਿਆਂ ਦੇ ਨਾਲ ਮਜ਼ੀਦ ਜਿਹੜੀਆਂ ਨਾ ਥੋੜ੍ਹੀਆਂ ਜਿਹੀਆਂ ਗੱਲਾਂ ਕਰ ਲਵਾਂ। ਅੱਛਾ ਜੀ, ਇਹ ਥੋੜ੍ਹਾ ਜਿਹਾ ਵੀ ਰਹਿ ਗਿਆ ਸੀ ਅਤੇ ਮੈਂ ਭਾਈ ਨੇ ਮੇਰੇ ਨਾਲ ਮਤਲਬ ਇਹਨਾਂ ਦੇ ਮੈਂ ਥੋੜ੍ਹੀ ਬਹੁਤੀ ਹੈਲਪ ਕਰਵਾਉਂਦੀ ਰਹਿੰਦੀ ਹਾਂ, ਤੁਸੀਂ ਦੇਖਦੇ ਹੋਵੋਗੇ। ਅਤੇ ਇਹ ਜਿਹੜਾ ਨਾ ਭਾਈ ਨੂੰ ਇੱਕ ਨੂੰ ਮੈਂ ਕਿਹਾ ਕਿ ਟਰੈਕਟਰ ਲੈ ਕੇ ਆਓ, ਅਤੇ ਆ ਭਾਈ ਜਿਹੜੇ ਨੇ ਥੋੜ੍ਹਾ ਜਿਹਾ ਵੀ ਰਹਿ ਗਿਆ ਉਹ ਖਿਲਾਰਨਗੇ, ਅਤੇ ਮੈਂ ਉਹ ਭਾਈ ਨੂੰ ਇਸ ਤੋਂ ਕਿਹਾ ਟਰੈਕਟਰ ਲਿਆਉਣਾ ਸੀ, ਮੈਂ ਕਿਹਾ ਤੁਹਾਡੇ ਨਾਲ ਤਾਂ ਕਿ ਮੈਂ ਥੋੜ੍ਹੀਆਂ ਜਿਹੀਆਂ ਗੱਲਾਂ ਕਰ ਸਕਾਂ। ਹੁਣ ਇਹਦੇ 'ਚ ਅਸੀਂ ਟਰੈਕਟਰ ਮਤਲਬ ਹੱਲਾਂ ਪਿੱਛੇ ਲਗਾਈਆਂ ਹੋਈਆਂ ਨੇ ਟਰੈਕਟਰ ਦੇ, ਅਤੇ ਉਹਦੇ ਨਾਲ ਨਾ ਮਤਲਬ ਦੋਰ ਲਗਾਵਾਂਗੇ ਤਾਂ ਕਿ ਜਿਹੜਾ ਨਾ ਬੀਜ ਅੱਛੀ ਤਰ੍ਹਾਂ ਜਿਹੜਾ ਨਾ ਵਤਰਾਈ ਹੋਈ ਪਹਿਲੀ ਜਿਹਦੇ 'ਚ ਅਸੀਂ ਬੀਜ ਖਿਲਾਰਿਆ, ਤਾਂ ਕਿ ਅੱਛੀ ਤਰ੍ਹਾਂ ਬੀਜ ਜਿਹੜਾ ਨਾ ਮਿਕਸ ਹੋ ਜਾਵੇ ਇਹਦੇ ਅੰਦਰ ਨਾ ਇਹਦੀ ਗੱਲ। ਭਾਈ ਜਿਹੜੇ ਨੇ ਟਰੈਕਟਰ ਲੈ ਕੇ ਆ ਚੁੱਕੇ ਨੇ, ਦਿਲ ਤਾਂ ਮੇਰਾ ਸੀ ਕਿ ਮੈਂ ਆਮ ਟਰੈਕਟਰ ਜਿਹੜਾ ਨਾ ਲੈ ਕੇ ਆਵਾਂ, ਲੇਕਿਨ ਮੈਂ ਕਿਹਾ ਜ਼ਰਾ ਅੱਜ ਮੈਂ ਥੋੜ੍ਹੀਆਂ ਜਿਹੀਆਂ ਨਾਲ ਤੁਹਾਡੇ ਨਾਲ ਗੱਲਾਂ ਕਰਾਂ, ਅਤੇ ਭਾਈ ਜਿਹੜੇ ਨਾ ਆਪ ਹੀ ਜਿਹੜੇ ਨੇ ਉਹ ਕਰ ਲੈਣਗੇ। ਮਾਸ਼ਾਅੱਲਾ ਅੱਜ ਕੱਲ੍ਹ ਸੁਪਰ ਫੈਨ ਦੀਆਂ ਮੁੰਜੀਆਂ ਜਿਹੜੀਆਂ ਨੇ ਉਹਨਾਂ ਦੀ ਕਟਾਈ ਹੋ ਰਹੀ ਹੈ, ਅਤੇ ਹਰ ਬੰਦਾ ਚਾਹ ਰਿਹਾ ਕਿ ਅਸੀਂ ਇਹਦੇ 'ਚ ਕੋਈ ਨਾ ਇੱਕ ਫਸਲ ਲੈ ਲਈਏ, ਜਾਂ ਜਾਨਵਰਾਂ 'ਤੇ ਕੋਈ ਚਾਰਾ ਲਗਾ ਰਿਹਾ, ਜਾਂ ਕੋਈ ਹੁਣ ਅੱਗੇ ਸ਼ਲਜਮ ਦੀ ਫਸਲ ਆ ਜਾਣੀ ਹੈ, ਅਤੇ ਉਹਦੇ ਵਾਸਤੇ ਕੋਈ ਲੋਕ ਮਿਹਨਤ ਕਰ ਰਹੇ ਨੇ ਖੇਤਾਂ ਦੇ ਅੰਦਰ, ਕੁਛ ਲੋਕ ਫਲੀਆਂ ਲਗਾ ਰਹੇ ਨੇ, ਮਤਲਬ ਨਾ ਜਦੋਂ ਤੱਕ ਕਣਕ ਦੀ ਬਿਜਾਈ ਨਹੀਂ ਨਾ ਹੋ ਜਾਂਦੀ, ਮਤਲਬ ਕਣਕ ਦਾ ਟਾਈਮ ਨਹੀਂ ਆ ਜਾਂਦਾ ਲੱਗਣ ਦਾ,
या दूसरी जिहड़ी मुंजी बाकी रह गई है उहदी कटाई नहीं हो जाती, सारियां पैलियां खाली होणगियां। इक्को दफा ज़ाहरी जी गल कणक लगनी है ते उदों तक खाली पैलियां नहीं छड्डणगे लोग, जमीन खाली नहीं छड्डणगे, कोई ना कोई फसल जिहड़ी है ना उहदी ना मतलब कि लगाते रहणगे, ना तो फायदा लैंदे रहणगे ना दे उधरों, क्योंकि एक एक फसल लगा के इन्ने कोई मुनाफे नहीं हो रहे, बहुत ज़्यादा मतलब खर्चे भी करी देने, एक एक फसल तो इन्ना कोई वो नहीं आ रहा, उहदे तों मुनाफा नहीं आ रहा। फिर लोग चाह रहे ने, हर जिम्मेदार का ही मतलब के चाहता है कि भी ना असी एक दो दो फसलां जिहड़ियां ने ले लईए, चलो किसी चीज़ तों सानूं कोई फायदा हो जाए। अजकल जिम्मेदार जिहड़ा बंदा है बहुत ज़्यादा खर्चे अपनी फसलों पर कर रहा है, लेकिन इन्ना कोई मतलब ना मिल रहा। नाज़रीन अदनान भाई जी तो मैं लगता बस हो गई, इन्हों कोई शायद बुला रहा है, उन्होंने कोई कम याद आ गया, उत्थे चलने तो मैं जरा थोड़ा जहा ट्रैक्टर के बाकी काम करा, ठीक है मैं कर लूंगी। अच्छा नाज़रीन काम तो साडा काफ़ी ज़्यादा पिया है, लेकिन जिहड़ा ना असीं इहदे नाल ही तुहाडे कोल इजाज़त चाहवांगे, इनशाला नैक्सट वीडियो च किसी अच्छी वीडियो नाल फिर तुहाडे सामने हाज़र होवांगे, तो उहदे वास्ते सानूं दिवो इजाज़त ते रब रख, बाकी फिर जाऊंगे।